ਅਜੀਤ ਵੈੱਬ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰਖੀਆਂ ਤੇ ਚਾਰ। ਨਗਰ ਨਿਗਮ ਚੋਣਾਂ ਦਾ ਐਲਾਨ ਹੋਇਆ, 17 ਦਸੰਬਰ ਨੂੰ ਪੈਣਗੀਆਂ ਵੋਟਾਂ। ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਸੁਖਪਾਲ ਸਿੰਘ ਖਹਿਰਾ, ਮੁੜ ਸੰਮਣ ਕੀਤੇਗਾ ਜਾਰੀ। ਹਿੰਦੂ ਨੇਤਾ ਦੇ ਕਤਲ ਦੇ ਕੇਸ ਦੇ ਵਿੱਚ 2 ਜਣੇ ਗ੍ਰਿਫਤਾਰ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸ਼ਾਹੂਕਾਰ ਦਾ ਕੀਤਾ ਗਿਆ ਕਤਲ। ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ, ਕਾਂਗਰਸ ਨਗਰ ਨਿਗਮ ਚੋਣਾਂ ਵਾਸਤੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ। ਅਤੇ ਹੁਣ ਖਬਰਾਂ ਦਾ ਵਿਸਥਾਰ। ਪਿਛਲੇ ਕਾਫੀ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਨਗਰ ਨਿਗਮ ਚੋਣਾਂ ਦੀ ਉਡੀਕ ਅੱਜ ਖਤਮ ਕਰ ਦਿੱਤੀ ਗਈ ਹੈ। ਦਰਅਸਲ ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਹੋਰਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ 17 ਦਸੰਬਰ ਨੂੰ 3 ਨਗਰ ਨਿਗਮਾਂ ਅਤੇ 32 ਨਗਰ ਕੌਂਸਲਾਂ ਦੇ ਲਈ ਵੋਟਾਂ ਪੈਣ ਦਾ ਕੰਮ ਹੋਏਗਾ। ਉਹਨਾਂ ਨੇ ਕਿਹਾ ਕਿ ਇਸ ਸੰਦਰਭ ਦੇ ਵਿੱਚ 2 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਜਿਸ ਦਿਨ ਵੋਟਾਂ ਪੈਣਗੀਆਂ ਉਸੇ ਦਿਨ ਹੀ ਸ਼ਾਮ ਤੱਕ ਨਤੀਜੇ ਸਾਹਮਣੇ ਆ ਜਾਣਗੇ। ਪੰਜਾਬ ਵਿੱਚ 3 ਮਿਊਂਸੀਪਲ ਕਾਰਪੋਰੇਸ਼ਨ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ, ਅਤੇ 32 ਕਮੇਟੀਆਂ ਦੀਆਂ ਚੋਣਾਂ ਕਰਾਈਆਂ ਜਾ ਰਹੀਆਂ ਨੇ। 2 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਨੋਮੀਨੇਸ਼ਨ ਦੀ ਡੇਟ ਹੋਏਗੀ। 6 ਦਸੰਬਰ ਨੂੰ ਲਾਸਟ ਡੇਟ ਆ ਨੋਮੀਨੇਸ਼ਨ ਫਾਈਲ ਕਰਨ ਦੀ। 7 ਦਸੰਬਰ ਨੂੰ ਸਕਰੂਟਨੀ ਕੀਤੀ ਜਾਣੀ ਹੈ ਜੀ। 8 ਦਸੰਬਰ ਨੂੰ ਵਿਜ਼ਡਰੋਲ, ਔਰ ਇਸ ਤੋਂ ਉਪਰੰਤ 17 ਦਸੰਬਰ ਨੂੰ ਵੋਟਾਂ ਪੈਣੀਆਂ। ਵੋਟਾਂ ਉਪਰੰਤ ਉਸੇ ਪੋਲਿੰਗ ਸਟੇਸ਼ਨ 'ਤੇ ਗਿਣਤੀ ਕੀਤੀ ਜਾਣੀ। ਤੋ ਇਹਨਾਂ ਸਾਰੇ ਅਰੇਂਜਮੈਂਟ ਲਈ ਐਡਮਿਨਿਸਟ੍ਰੇਟਿਵ ਅਤੇ ਪੁਲਿਸ ਪ੍ਰਬੰਧ ਕਰ ਲਏ ਨੇ। ਤੋ ਮੈਂ ਪੰਜਾਬ ਦੇ ਸੂਝਵਾਨ ਵੋਟਾਂ ਨੂੰ ਅਪੀਲ ਕਰੂੰਗਾ ਕਿ ਇਹਨਾਂ ਇਲੈਕਸ਼ਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸ਼ਾਂਤੀਮਈ ਢੰਗ ਨਾਲ ਇਹਨਾਂ ਇਲੈਕਸ਼ਨਾਂ ਨੂੰ ਸੰਪੰਨ ਕਰਨ। ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਅੱਜ ਫਾਜ਼ਿਲਕਾ ਦੀ ਮਾਣਯੋਗ ਅਦਾਲਤ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੇ PSO ਜੋਗਾ ਸਿੰਘ ਸ਼ਾਮਲ ਨਹੀਂ ਹੋਏ। ਇਸ ਕਰਕੇ ਅੱਜ ਮਾਣਯੋਗ ਅਦਾਲਤ ਦੇ ਵੱਲੋਂ ਤਰੀਕ ਅੱਗੇ ਦੀ ਪਾ ਦਿੱਤੀ ਗਈ ਹੈ। ਹੁਣ 21 ਦਸੰਬਰ ਨੂੰ ਇਸ ਮਾਮਲੇ ਦੀ ਮੁੜ ਸੁਣਵਾਈ ਹੋਵੇਗੀ ਅਤੇ ਖਹਿਰਾ ਅਤੇ ਜੋਗਾ ਸਿੰਘ ਨੂੰ ਇੱਕ ਵਾਰ ਫਿਰ ਸੰਮਣ ਜਾਰੀ ਕਰ ਦਿੱਤੇ ਗਏ ਨੇ। ਕੋਰਟ ਨੇ ਨੈਕਸਟ 21-12 ਪਾਈ ਹੈ, ਨੋਟਿਸ ਜਾਰੀ ਕੀਤਾ ਹੈ ਪੇਸ਼ ਹੋਣ ਵਾਸਤੇ। ਤੁਹਾਡੇ ਜੋ ਆਰਡਰ ਕੀਤਾ ਸੀ ਪਾਸ, ਉਹਨਾਂ 'ਚ ਉਹਨਾਂ ਨੇ ਵਾਰੰਟ ਕੁਐਸ਼ ਕਰਤੇ ਸੀ, ਇਸ ਕਰਕੇ ਅੱਜ ਨਵਾਂ ਆਰਡਰ ਪਾਸ ਕੀਤਾ ਹੈ 21-12 ਡੇਟ ਪਾਈ। ਅੱਜ ਤਾਂ ਸਿਰਫ ਉਹਨਾਂ ਨੇ ਓਨਰੇਬਲ ਕੋਰਟ ਨੇ ਆਰਡਰ ਪਾਸ ਕੀਤਾ ਹੈ, ਫਰੈਸ਼ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਹੈ। 12 ਨੋਟਿਸ ਹੀ ਉਹਨਾਂ ਨੂੰ ਜਾਰੀ ਕੀਤਾ ਹੈ। ਹਾਂਜੀ। ਹਿੰਦੂ ਨੇਤਾ ਵਿਪਿਨ ਕੁਮਾਰ ਦੇ ਕਤਲ ਕਾਂਡ ਦੇ ਮਾਮਲੇ ਦੇ ਵਿੱਚ ਗੈਂਗਸਟਰ ਸਾਰਜ ਸੰਧੂ ਦੇ 2 ਦੋਸਤਾਂ ਕੁੰਵਰਵੀਰ ਅਤੇ ਵਿਸ਼ਾਲ ਸ਼ਰਮਾ ਨੂੰ ਅੱਜ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਦੋਹਾਂ ਦੋਸਤਾਂ ਦੇ ਵੱਲੋਂ ਵਾਰਦਾਤ ਵਾਪਰਨ ਤੋਂ ਬਾਅਦ ਅਪਰਾਧੀਆਂ ਨੂੰ ਠਹਿਰਨ ਦੇ ਲਈ ਉਹਨਾਂ ਦੀ ਮਾਲੀ ਮਦਦ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਨੂੰ ਵਹੀਕਲ ਵੀ ਮੁਹੱਈਆ ਕਰਵਾਇਆ ਗਿਆ। ਪੁਲਿਸ ਮੁਤਾਬਕ ਉਹਨਾਂ ਦੇ ਵੱਲੋਂ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ ਜਿਸ ਨੂੰ ਕਿ ਵਰਤੋਂ ਦੇ ਵਿੱਚ ਲਿਆਂਦਾ ਗਿਆ ਸੀ। विपिन शर्मा यहाँ पे लोकल एक सोशल वर्कर और एक हिंदू ऑर्गेनाइजेशन से जो अटैच थे उनका मर्डर हुआ था। इसमें एक स्पेशल इन्वेस्टिगेशन टीम बनाई गई थी और एक इसमें मेजर अचीवमेंट हुई है कि इसमें जो बेसिकली क्या था कि इसमें 4 लोग मेन जिस दिन मर्डर हुआ है 4 लोग गए थे, 2 मोटरसाइकिल्स थे और 2 मोटरसाइकिल्स पे 4 लोग वहाँ पे ये वारदात करने गए थे। उन 4 में से एक जो मेन मोटरसाइकिल पे चला रहा था और उसके साथ उसका समेत मोटरसाइकिल जो है इसको हमने जो कि एक विशाल शर्मा एलियास ब्राह्मण करके है इसको हमने अरेस्ट किया है। एंड इसने अपनी जो प्रिलिमिनरी इंटरोगेशन हमने की है उसमें इसने ये माना है, ये कन्फेस्ड कि इन लोगों ने 4 लोगों ने मिलकर ये मर्डर किया है। इसके अलावा एक और एक्यूज जो है कुंवरवीर सिंह उर्फ कैमी, ये इसी ग्रुप का एसोसिएट है, इनको हेल्प करता है, इनको फैसिलिटेट करता है और इसने जब पोस्ट इवेंट जो इनका एस्केप था उसमें इसने हेल्प किया है, इनको सपोर्ट किया था। तो दीज 2 पीपल हैव बीन अरेस्टेड, इन लोगों ने ही ये मर्डर किया था और इसके पीछे कुछ इनकी पुरानी ग्रुपबाजी, कुछ रंजिश जो है वही निकल के सामने आ रही है। बाकी जो जिन लोगों ने एक्चुअल असॉल्ट किया था उनको भी हमारी टीम्स लगी हुई हैं एंड वी आर होपफुल कि उनको जल्दी पकड़ लेंगे।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੈਣੀ ਮੀਲਮਾ ਦੇ ਗੰਨੇ ਦੇ ਖੇਤਾਂ ਦੇ ਵਿੱਚੋਂ ਸ਼ਾਹੂਕਾਰ ਸਵਰਨ ਸਿੰਘ ਦੀ ਲਾਸ਼ ਮਿਲਣ ਦਾ ਮਾਮਲਾ ਪੁਲਿਸ ਦੇ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦੇ ਕਹਿਣ ਦੇ ਮੁਤਾਬਕ ਪੈਸਿਆਂ ਦੇ ਲੈਣ ਦੇਣ ਦੇ ਕਰਕੇ ਸ਼ਾਹੂਕਾਰ ਸਵਰਨ ਸਿੰਘ ਦਾ ਕਤਲ ਕੀਤਾ ਗਿਆ ਸੀ। ਸਿਰਫ ਤੇ ਸਿਰਫ 35,000 ਰੁਪਏ ਦਾ ਰੌਲਾ ਸੀ ਜੋ ਕਿ ਸ਼ਾਹੂਕਾਰ ਦੇ ਵੱਲੋਂ ਦੋ ਵਿਅਕਤੀਆਂ ਨੂੰ ਕਰਜ਼ੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀ। ਇਸ ਵਿੱਚੋਂ 18,000 ਰੁਪਏ ਦਾ ਭੁਗਤਾਨ ਹੋ ਚੁੱਕਿਆ ਸੀ ਅਤੇ ਸਿਰਫ 17,000 ਰੁਪਏ ਦੇ ਲੈਣ ਦੇਣ ਪਿੱਛੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਦੇ ਕਹਿਣ ਦੇ ਮੁਤਾਬਕ ਦੋਸ਼ੀਆਂ ਨੂੰ ਫੜਨ ਦੇ ਲਈ ਜੰਗੀ ਪੱਧਰ ਦੇ ਉੱਤੇ ਮੁਹਿੰਮ ਜਾਰੀ ਹੈ। ਹੋਇਆ ਕਿ ਮੁੰਡਾ ਬਲਜੀਤ ਸਿੰਘ ਬਿੱਲਾ ਬਿੱਲਾ ਕਹਿੰਦੇ ਉਹਨੂੰ ਮੀਲਮਾ ਦਾ, ਉਹ ਕੇਸ ਕਰਾ ਗਿਆ ਸੀ ਮੋਟਰਸਾਈਕਲ ਦਾ ਆਪਣਾ, ਰੁਪਈਆ 20,000 ਲੈ ਗਿਆ ਸੀਗਾ। ਉਹਦੇ ਬਾਅਦ 5,000 ਰੁਪਈਆ ਫਿਰ ਦੁਬਾਰਾ ਲੈ ਗਿਆ, ਕਹਿੰਦਾ ਮੇਰੀ ਲੜਕੀ ਨੇ 1,000 ਖਾ ਲਿਆ ਤਾਂ ਮੈਨੂੰ 5,000 ਰੁਪਈਆ ਹੋਰ ਦਿਓ। ਉਹਦਾ ਪੈਸੇ ਨਹੀਂ ਦੇਣ ਡਿਆ, ਫਿਰ ਮੈਂ ਤਾਂ ਭਾਜੀ ਇੱਕ ਦਿਨ ਆਏ ਹਾਂ, ਉਹਦੇ ਬਾਅਦ ਥੋੜ੍ਹੇ ਉਹਨਾਂ ਪੈਸੇ ਦੇ ਤੇ, ਹੁਣ ਕਾਫੀ ਦਿਨਾਂ ਦਾ ਲਾਰੀ ਲੱਪੇ ਲਾਈ ਜਾਣ ਡਿਆ ਸੀਗਾ। ਆਹ 2 ਦਿਨ ਪਹਿਲਾਂ ਮੈਂ ਉਹਨੂੰ ਮਿਲ ਕੇ ਗਿਆ ਵਾਂ, ਉਹ ਕਹਿੰਦਾ ਵੀ ਭਾਅ ਜੀ 2,000 ਰੁਪਈਆ ਕਰਕੇ ਦੇ ਦੇਣਾ ਵਾ। ਕੱਲ੍ਹ ਕਿਤੇ ਭਾਅ ਜੀ ਨੂੰ 9 ਵਜੇ ਫੋਨ ਆਇਆ ਵਾ, ਕਹਿੰਦਾ ਵੀ ਆ ਕੇ ਪੈਸੇ ਲੈ ਜਾਓ ਆਪਣੇ। ਉਹਦੇ ਬਾਅਦ 3 ਵਜੇ ਫਿਰ 2:30 ਵਜੇ ਦਫ਼ਤਰ ਖੋਲ੍ਹਿਆ ਭਾਅ ਜੀ ਨੇ, ਮੈਂ ਇੱਥੇ ਹੈ ਨਹੀਂ ਗਾ, ਅਤੇ 3 ਵਜੇ ਦੁਬਾਰਾ ਫੋਨ ਆ ਗਿਆ। ਉਹਦੇ ਬਾਅਦ ਭਾਅ ਜੀ 4-4:30 ਵਜੇ ਗਏ ਉੱਧਰ ਨੂੰ, ਉਹਦੇ ਬਾਅਦ ਸਾਡਾ ਲਿੰਕ ਹੀ ਨਹੀਂ ਹੋਇਆ ਉਹਨਾਂ ਨਾਲ। ਫਿਰ ਰਾਤ ਨੂੰ ਉਹ ਬੰਦੇ ਨੂੰ ਲਿਆਂਦਾ ਫੜ ਕੇ, ਫਿਰ ਉਹ ਕਹਿੰਦਾ ਵੀ ਉਹਦੀ ਡੈੱਡ ਬਾਡੀ ਉੱਥੇ, ਵੀ ਰਾਤ 3 ਵਜੇ ਡੈੱਡ ਵੇ ਰਿਕਵਰ ਹੋਈ ਹੈ। ਡੈੱਡ ਵੇ ਮੀਲਮਾ ਦਾ ਉਹ ਕਮਾਦਾਂ 'ਚੋਂ ਧੁੱਸੀ ਲਾਗੋਂ। ਬੇਸਿਕਲੀ ਇੱਕ ਸਵਰਨ ਸਿੰਘ ਹੈ, ਸਨ ਆਫ ਕਪੂਰ ਚੰਦ ਡੋਗਰਾ ਵਾਸੀ ਬੇਰੀ ਥਾਣਾ, ਬੇਰੀ ਪਿੰਡ, ਅਤੇ ਥਾਣਾ ਪਿੰਡ ਦਾ ਕਾਨੂੰਨ ਉੱਥੋਂ ਦਾ ਰਹਿਣ ਵਾਲਾ। ਇਹ ਐਕਸ ਸਰਵਿਸਮੈਨ ਸੀਗਾ, ਰਿਟਾਇਰ ਹੋ ਗਿਆ ਆਰਮੀ 'ਚੋਂ ਅਤੇ ਫਾਈਨਾਂਸ ਦਾ ਕੰਮ ਕਰਦਾ ਥੋੜ੍ਹਾ ਜਿਹਾ ਉੱਥੇ ਏਰੀਏ 'ਚ। ਅਤੇ ਇਹ ਬੰਦਾ ਸੀਗਾ ਬਲਜੀਤ ਸਿੰਘ, ਇਹਦੀ ਦੁਕਾਨ ਕਰਦਾ ਹੈ, ਇਹ ਪਿੰਡ ਕਾ ਪੈਣੀ ਮੀਰਵਾਂ ਦਾ ਰਹਿਣ ਵਾਲਾ ਹੈ। ਇਹਨੇ ਕੁੱਤੀ 2-3 ਵਾਰੀਆਂ 'ਚ ਕਰਕੇ 35-40,000 ਰੁਪਇਆ ਵਿਆਜੀ ਲਿਆ ਸੀਗਾ। ਕੁਛ ਪੈਸੇ ਮੋੜ 'ਤੇ 18,000 ਰੁਪਏ ਦਾ ਰੌਲਾ ਸੀ ਇਹਨਾਂ ਦਾ ਦੇਣ ਵਾਲਾ। ਉਹ ਇਹਨਾਂ ਨੇ 2-2 ਹਜ਼ਾਰ ਦੀਆਂ ਕਿਸ਼ਤਾਂ ਕੀਤੀਆਂ ਸੀਗੀਆਂ। ਇਹ ਕਿਤੇ ਇਹਨਾਂ ਗੱਲ ਹੋਈ ਵੀ ਸੀ ਵੀ ਆ ਕੇ ਕਿਸ਼ਤ ਲੈ ਜਾਓ, ਇਹ ਆਏ ਆ, ਉਹਨੇ ਕਿਹਾ ਮੇਰੇ ਕੋਲ ਅਜੇ ਤੇਰੇ ਪੈਸੇ ਬਣੇ ਨਹੀਂ ਗਏ, ਜਾਂ ਇਹ ਵਾਰ ਵਾਰ ਉਹਨੂੰ ਕਿਸੇ ਪਰੇਸ਼ਾਨ ਪੈਸੇ ਲੈਣ ਦੇਣ ਤੋਂ ਕਰਦੇ ਸੀ। ਉੱਥੇ ਇਹਨਾਂ ਦਾ ਦੀ ਗੱਲਬਾਤ ਥੋੜ੍ਹੀ ਜਿਹੀ ਉੱਥੇ ਉਹਦੀ ਦੁਕਾਨ 'ਤੇ ਹੋਈ ਹੈ। ਉੱਥੇ ਇਹਦੇ ਦੋ ਜਿਹੜੇ ਦੋਸਤ ਇਹਦੇ ਹੋਰ ਬੈਠੇ ਸੀ, ਰਜਿੰਦਰਪਾਲ ਅਤੇ ਛਿੰਦਰ, ਰੋਜ਼ਾ ਰੋਜ਼ਾ ਵੱਜਦਾ ਮੁੰਡਾ। ਇਹਨਾਂ ਦੋਵਾਂ ਨੇ ਕੋਈ ਸ਼ਾਇਦ ਡਰਿੰਕ ਡਰਿੰਕ ਵੀ ਪਹਿਲਾਂ ਕੀਤੀ ਹੋਈ ਸੀਗੀ। ਇਹਨਾਂ ਨੇ ਜਦੋਂ ਵੇਖਿਆ ਵੀ ਉਹਨਾਂ ਦਾ ਝਗੜਾ ਝੁਗੜਾ ਪਿਆ ਆ, ਇਹਨਾਂ ਨੇ ਉਹਦੇ ਨਾਲ ਬਲਜੀਤ ਨਾਲ ਰਲ ਕੇ ਅਤੇ ਉਹਨੂੰ ਕਹਿਤਾ ਵੀ ਚੱਲ ਤੈਨੂੰ ਨਾ ਪੈਸੇ ਉੱਥੋਂ ਦਵਾ ਦੇਣੇ ਕਿਸੇ ਤੋਂ, ਅਤੇ ਇਹਨਾਂ ਨੂੰ ਉੱਧਰ ਪੱਲੇ ਪਾਸੇ ਦੋ ਵਾਲੇ ਪਾਸੇ ਏਰੀਏ 'ਚ ਲੈ ਗਏ ਜਿੱਧਰ ਕਮਾਦਬੂਦ ਬੜਾ ਸੀਗਾ। ਅਤੇ ਉੱਥੇ ਇਹ ਜਿਹੜਾ ਬਲਜੀਤ ਆ, ਇਹਦੇ ਕੋਲ ਰੌਡ ਸੀਗੀ, ਇਹਨੇ ਉਹਦੇ ਸਿਰ 'ਚ 2-3 ਰੋਡਾਂ ਮਾਰ ਕੇ ਅਤੇ ਉਹਨੂੰ ਜਿਹੜਾ ਮਜ਼ਰੂਬ ਕਰਤਾ, ਜਿਹਦੀ ਕਿ ਉੱਥੇ ਬਾਅਦ 'ਚ ਡੈਥ ਹੋ ਗਈ। ਅਤੇ ਇਹਨਾਂ ਨੂੰ ਅਸੀਂ ਪਰਚਾ ਜਿਹੜਾ ਐੱਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 302(34) ਜਿਹੜੀ ਆ ਥਾਣਾ ਪੁਰਾਣੇ ਛੱਲੇ ਦਰਜ ਕਰ ਦਿੱਤੀ ਆ। ਕਿ ਦੋਸ਼ੀ 3 ਬੰਦਿਆਂ ਦੇ ਖਿਲਾਫ਼ ਦਰਜ ਕੀਤਾ ਜੀ, ਬਲਜੀਤ ਸਿੰਘ, ਰਜਿੰਦਰਪਾਲ ਅਤੇ ਛਿੰਦਰ। ਬਸ ਬੰਦੇ ਫੜ ਰਹੇ ਜੀ, ਫਟਾਫਟ ਰੇਡ ਰੂਟ ਪਾਰਟੀਆਂ ਭੇਜੀਆਂ ਹੋਈਆਂ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਜਿੱਥੇ ਕਾਂਗਰਸ ਦੀ ਪ੍ਰਸ਼ੰਸਾ ਦੇ ਪੁਲ ਬੰਨੇ ਨੇ, ਉੱਥੇ ਆਮ ਆਦਮੀ ਪਾਰਟੀ ਨੂੰ ਵੀ ਜੰਮ ਕੇ ਰਗੜੇ ਲਾਏ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਕਾਂਗਰਸ ਦੀ ਸਰਕਾਰ ਨੇ ਥੋੜ੍ਹੇ ਕੁ ਮਹੀਨਿਆਂ ਦੇ ਵਿੱਚ ਹੀ ਪੰਜਾਬ ਦਾ ਚਾਰੇ ਪਾਸਿਓਂ ਵਿਕਾਸ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਇਹ ਗੱਲ ਕਹਿੰਦੀ ਹੈ ਕਿ ਅਸੀਂ ਨਗਰ ਨਿਗਮ ਚੋਣਾਂ ਦੇ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ, ਜਦਕਿ ਆਮ ਆਦਮੀ ਪਾਰਟੀ ਨੂੰ ਤਾਂ ਵਾਰਡਾਂ ਦੇ ਵਿੱਚੋਂ ਉਮੀਦਵਾਰ ਲੱਭਣੇ ਵੀ ਮੁਸ਼ਕਲ ਹੋਣਗੇ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹੀ ਇਹਨਾਂ ਨਗਰ ਨਿਗਮ ਚੋਣਾਂ ਦੇ ਲਈ ਪੂਰੀ ਤਿਆਰੀ ਕੀਤੀ ਗਈ ਹੈ। ਦੇਖੋ ਗੱਲ ਹੈ ਕਿ ਵੀ ਕਾਂਗਰਸ ਪਾਰਟੀ 8-8.5 ਮਹੀਨੇ ਹੋਏ ਪਾਵਰ 'ਚ ਆਈ, ਔਰ ਬੜੇ ਇਤਿਹਾਸਿਕ ਫੈਸਲੇ ਲਏ ਆ, ਔਰ ਤਿਆਰੀ ਲੋਕਾਂ ਦੇ ਵਿਚਰੇ ਸਾਡੇ MLA ਸਾਹਿਬਾਨ, ਔਰ ਹਾਲੇ ਤਾਈਂ ਤਾਂ ਲੋਕਾਂ ਨੇ ਹਿਸਾਬ BJP ਅਕਾਲੀ ਦਲ ਤੋਂ ਪੁੱਛਣਾ ਕਿ ਤੁਸੀਂ ਨਗਰ ਕੌਂਸਲਾਂ ਤੁਹਾਡੇ ਕੋਲ ਸੀਗੀਆਂ, ਸਰਕਾਰ ਔਰ ਨਗਰ ਕੌਂਸਲ ਦੋ ਅਲੱਦਾ ਚੀਜ਼ਾਂ। ਅਸੀਂ BJP ਨੂੰ ਵੀ ਪੁੱਛਾਂਗੇ, ਅਕਾਲੀ ਦਲ ਨੂੰ ਵੀ ਪੁੱਛਾਂਗੇ ਕਿ ਤੁਸੀਂ ਸ਼ਹਿਰਾਂ ਦੇ ਵਿੱਚ ਕੀਤਾ ਕੀ ਹੈ। ਜਿਸ ਦਿਨ ਦੀ ਸਾਡੀ ਸਰਕਾਰ ਆਈ ਆ, ਨਵਜੋਤ ਸਿੱਧੂ ਜਿਹੜੇ ਸਾਡੇ ਵਜ਼ੀਰ ਨੇ, ਉਹਨਾਂ ਨੇ ਬੜੇ ਅਹਿਮ ਫੈਸਲੇ ਲਏ ਔਰ ਕਦਮ ਚੱਕੇ ਆ ਜਿਹਦੇ ਨਾਲ ਸ਼ਹਿਰਾਂ ਦਾ ਵਿਕਾਸ ਹੋ ਸਕੇ। ਐਂਡ ਐਕਟਿਵਲੀ ਸਾਡੀ ਸਰਕਾਰ ਨਗਰ ਕੌਂਸਲਾਂ 'ਚ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਕਰ ਰਹੀ ਆ। ਹਿਸਾਬ ਕਿਤਾਬ ਤਾਂ ਅਸੀਂ BJP ਔਰ ਅਕਾਲੀ ਦਲ ਤੋਂ ਲੈਣਾ। ਕਿਸੇ ਬੰਦੇ ਨੂੰ ਨਾ ਮਤਲਬ ਆਪਣੀ ਇੰਪੋਰਟੈਂਸ ਦਿਖਾਉਣ ਦੀ, ਆਪਣੀ ਗੱਲਾਂ ਕਰਨ ਦੀ ਹੁੰਦੀ ਆ, ਉਹ ਕਿਸੇ ਦੀ ਕੋਈ ਆਦਤ ਨਹੀਂ ਬਦਲ ਸਕਦਾ, ਅਤੇ ਰਾਣਾ ਗੁਰਜੀਤ ਸਿੰਘ ਕਿਸੇ ਦੀ ਆਦਤ ਨਹੀਂ ਬਦਲ ਸਕਦਾ। ਸੋ ਜੇ ਕੋਈ ਮਾੜਾ ਕਰੇਗਾ ਤਾਂ ਨਤੀਜੇ ਮਾੜੇ ਨਿਕਲਣਗੇ।
ਚੰਡੀਗੜ੍ਹ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਆਟੋ ਦੇ ਵਿੱਚ ਹੋਏ 22 ਸਾਲ ਦੀ ਕੁੜੀ ਦੇ ਨਾਲ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਅੱਜ ਚੰਡੀਗੜ੍ਹ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਦੇ ਵੱਲੋਂ ਇਤਰਾਜ਼ਯੋਗ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਇਸ ਮਾਮਲੇ ਦੇ ਉੱਤੇ ਬੋਲਦਿਆਂ ਕਿਹਾ ਕਿ ਉਸ ਸਮੇਂ ਕੁੜੀ ਨੂੰ ਆਟੋ ਦੇ ਵਿੱਚ ਸਫ਼ਰ ਕਰਨ ਦੀ ਲੋੜ ਵੀ ਕੀ ਸੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਆਟੋ ਦੇ ਵਿੱਚ ਪਹਿਲਾਂ ਹੀ 3 ਜਣੇ ਮੌਜੂਦ ਸਨ ਤਾਂ ਕੁੜੀ ਨੂੰ ਸਫ਼ਰ ਹੀ ਨਹੀਂ ਸੀ ਕਰਨਾ ਚਾਹੀਦਾ। ਜਦੋਂ ਇਸ ਮਾਮਲੇ ਦੇ ਉੱਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਵੱਲੋਂ ਕਿਰਨ ਖੇਰ ਨੂੰ ਘੇਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਵਿਰੋਧੀ ਪਾਰਟੀਆਂ ਮੇਰੇ ਬਿਆਨ ਦੇ ਉੱਤੇ ਰਾਜਨੀਤੀ ਕਰ ਰਹੀਆਂ ਨੇ। ਲੇਡੀਜ਼ ਕੋ ਬੱਚੋਂ ਕੋ ਥੋੜ੍ਹੀ ਅਹਿਤਿਆਤ ਬਰਤਨੀ ਚਾਹੀਏ ਕਿ ਅਗਰ ਇੱਕ ਆਟੋ ਮੇਂ 3 ਆਦਮੀ ਬੈਠੇ ਹੈ ਪਹਿਲੇ ਸੇ ਤੋ ਥੋੜ੍ਹਾ ਧਿਆਨ ਰੱਖਣਾ ਚਾਹੀਏ। ਐਜ ਅ ਮਦਰ ਆਈ ਐਮ ਸੇਇੰਗ ਦਿਸ, ਕਿਉਂਕਿ ਅੱਜ ਕੱਲ੍ਹ ਤਾਂ ਆਪਕੋ ਪਤਾ ਹੈ ਵਾਰਦਾਤ ਸਭ ਜਗ੍ਹਾ ਹੋ ਰਹੀ ਪੂਰੇ ਦੇਸ਼ ਮੇਂ। ਅਬ ਕਿਸੀ ਆਦਮੀ ਕੇ ਦਿਮਾਗ ਮੇਂ ਕਿਆ ਚੱਲ ਰਿਹਾ ਤੋ ਹਮ ਨਹੀਂ ਕਹਿ ਸਕਤੇ। ਵੈਸੇ ਵੀ ਚੰਡੀਗੜ੍ਹ ਪੁਲਿਸ ਯੇ ਆਪਕੋ ਸਹੂਲੀਅਤ ਦੇਤੀ ਹੈ, ਇਹ ਮੈਂ ਆਪਕੇ ਮਾਧਿਅਮ ਸੇ ਕਹਿਣਾ ਚਾਹਤੀ ਹੂੰ ਕਿ ਚੰਡੀਗੜ੍ਹ ਮੇਂ ਅਗਰ ਕਿਸੀ ਵੀ ਲੜਕੀ ਕੋ ਯਾ ਲੇਡੀ ਕੋ ਰਾਤ ਦੇਰ ਰਾਤ ਕੋਈ ਵੀ ਕਨਵੀਅੰਸ ਨਾ ਮਿਲੇ ਜਾਣੇ ਕੇ ਲੀਏ ਤੋ ਵੋ 100 ਨੰਬਰ ਪੇ ਫੋਨ ਕਰ ਸਕਤੀ ਹੈ। 100 ਨੰਬਰ ਪੇ ਫੋਨ ਕਰੇਗੀ ਤੋ ਚੰਡੀਗੜ੍ਹ ਪੁਲਿਸ PCR ਭੇਜੇਗੀ ਉਸ ਲੜਕੀ ਕੋ ਉਸ ਏਰੀਆ ਸੇ ਲੇਕਰ ਉਸਕੇ ਘਰ ਤੱਕ ਛੋੜਨੇ ਕੇ ਲੀਏ। ਯੇ ਸਹੂਲੀਅਤ ਆਪਕੋ ਚੰਡੀਗੜ੍ਹ ਪੁਲਿਸ ਨੇ ਦੀ ਹੋਈ ਹੈ ਤੋ ਬੇਟਾ ਇਸ ਸਹੂਲੀਅਤ ਕਾ ਆਪ ਇਸਤੇਮਾਲ ਕਰੇ। ਇਸਕਾ ਰਾਜਨੀਤੀਕਰਨ ਅਗਰ ਕਾਂਗਰਸ ਵਾਲੋਂ ਕੋ ਕਰਨਾ ਹੈ ਤੋ ਇਸਮੇ ਮੈਂ ਕੁਛ ਨਹੀਂ ਕਰ ਸਕਤੀ। ਮੈਂ ਸਿਰਫ ਇਸ ਸ਼ਹਿਰ ਕੀ ਬੱਚਿਓਂ ਕੋ ਮਹਿਫੂਜ਼ ਰੱਖਣਾ ਚਾਹਤੀ ਹੂੰ, ਸੁਰੱਖਿਅਤ ਰੱਖਣਾ ਚਾਹਤੀ ਹੂੰ। ਮਹਾਰਾਸ਼ਟਰ ਕਾਂਗਰਸ ਦੇ ਸਕੱਤਰ ਸ਼ਹਿਜ਼ਾਦ ਪੂਨਾਵਾਲਾ ਨੇ ਅੱਜ ਆਪਣੀ ਹੀ ਪਾਰਟੀ ਦੇ ਵੰਸ਼ਵਾਦ ਦੇ ਉੱਤੇ ਸਵਾਲ ਖੜੇ ਕੀਤੇ ਨੇ। ਸ਼ਹਿਜ਼ਾਦ ਪੂਨਾਵਾਲਾ ਨੇ ਇਹ ਗੱਲ ਕਹੀ ਕਿ ਜੇਕਰ ਕਾਂਗਰਸ ਦੇ ਵਿੱਚ ਸਹੀ ਤਰੀਕੇ ਦੇ ਨਾਲ ਪ੍ਰਧਾਨਗੀ ਅਹੁਦੇ ਲਈ ਚੋਣ ਦਾ ਕੰਮ ਮੈਨੂੰ ਦਿਖਾਈ ਦਿੰਦਾ ਹੋਇਆ ਤਾਂ ਮੈਂ ਵੀ ਇਸ ਚੋਣ ਦੇ ਵਿੱਚ ਹਿੱਸਾ ਲੈਣ ਦਾ ਚਾਹਵਾਨ ਹੋਵਾਂਗਾ। ਉਹਨਾਂ ਨੇ ਕਿਹਾ ਕਿ ਪਾਰਟੀ ਬੇਸ਼ੱਕ ਕੋਈ ਵੀ ਹੋਵੇ, ਇੱਕ ਅਹੁਦਾ ਇੱਕ ਪਰਿਵਾਰ ਦਾ ਸਿਧਾਂਤ ਹਰ ਥਾਂ ਦੇ ਉੱਤੇ ਲਾਗੂ ਰਹਿਣਾ ਚਾਹੀਦਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸ਼ਹਿਜ਼ਾਦ ਦਾ ਇਹ ਬਿਆਨ ਉਸ ਵਕਤ ਆਇਆ ਹੈ ਜਦੋਂ ਰਾਹੁਲ ਗਾਂਧੀ ਦੀਆਂ ਤਾਜਪੋਸ਼ੀ ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ। ਇਨ ਬਿਟਵੀਨ ਔਨ 21st ਔਰ 22nd ਨਵੰਬਰ ਵੈਨ ਦੀ ਇਲੈਕਸ਼ਨ ਸ਼ੈਡਿਊਲ ਵਾਜ਼ ਆਊਟ, ਆਈ ਹੈਵ ਗੋਟ ਸਮ ਪ੍ਰੂਫ ਦੈਟ ਦੀ ਡੈਲੀਗੇਟਸ ਹੂ ਆਰ ਗੋਇੰਗ ਟੂ ਵੋਟ ਫਾਰ ਦੀ ਫੋਰਥਕਮਿੰਗ ਇਲੈਕਸ਼ਨ ਆਫ ਦੀ INC ਪ੍ਰੈਸੀਡੈਂਟ, ਦੇ ਹੈਵ ਬੀਨ ਫਿਕਸਡ। ਆਈ ਰਿਕੁਐਸਟਡ ਹਿਮ ਦੈਟ ਵਾਈ ਨੋਟ ਹੈਵ ਅ ਟੈਲੀਵਾਈਜ਼ ਡਿਬੇਟ ਵੇਅਰ ਈਚ ਪਰਸਨ ਕੈਨ ਆਰਟੀਕੁਲੇਟ ਹਿਸ ਵਿਊਜ਼ ਫਾਰ ਦਾ ਪਾਰਟੀ ਐਂਡ ਵੀ ਕੈਨ ਦੈਨ ਟੈਸਟ ਆਰ ਸੈਲਵਸ ਔਨ ਦਾ ਬੇਸਿਸ ਆਫ ਮੈਰਿਟ, ਨੋਟ ਔਨ ਦਾ ਬੇਸਿਸ ਆਫ ਸਰਨੇਮ। ਐਂਡ ਦੀ ਓਵਰਵੈਲਮਿੰਗ ਪ੍ਰੈਫਰੈਂਸ ਵਿਚ ਇਜ਼ ਗਿਵਨ ਟੂ ਡਾਇਨੈਸਟੀਜ਼ ਇਨ ਕਾਂਗਰਸ ਪਾਰਟੀ, 48% ਟਿਕਟਸ ਆਰ ਗਿਵਨ ਟੂ ਡਾਇਨੈਸਟੀਜ਼, ਵਾਈ ਨੋਟ ਹੈਵ ਅ ਰੂਲ ਦੈਟ ਵਨ ਫੈਮਿਲੀ ਵਨ ਟਿਕਟ, ਵੈਦਰ ਇਟਸ ਰਾਹੁਲ ਜੀਜ਼ ਫੈਮਿਲੀ, ਵੈਦਰ ਇਜ਼ ਸ਼ਹਿਜ਼ਾਦ ਪੂਨਾਵਾਲਾਜ਼ ਫੈਮਿਲੀ। ਦੀਜ਼ ਆਰ ਬੇਸਿਕ ਡਿਮਾਂਡਸ ਦੈਟ ਐਵਰੀ ਨੋਨ ਡਾਇਨਸਟ 65% ਆਫ ਦਿਸ ਕੰਟਰੀ ਵਿਚ ਇਜ਼ ਬਿਲੋ ਦੀ ਏਜ ਆਫ 35 ਇਜ ਸੀਕਿੰਗ, ਐਂਡ ਦੇਰਫੋਰ ਆਈ ਆਰਟੀਕੁਲੇਟਡ ਦੀਜ਼ ਵਿਊਜ਼। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਅੱਜ 6 ਹੋਰ ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਨਾਂ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਸ਼ਹਿਰੀ ਖੇਤਰ ਦੇ ਲਈ ਮੌਂਟੂ ਵੋਰਾ ਨੂੰ ਪ੍ਰਧਾਨ ਐਲਾਨ ਕੀਤਾ, ਜਦਕਿ ਜਲੰਧਰ ਸ਼ਹਿਰੀ ਵਾਸਤੇ ਕੁਲਵੰਤ ਸਿੰਘ ਮੰਨਣ ਨੂੰ ਪ੍ਰਧਾਨ ਬਣਾਇਆ ਗਿਆ ਹੈ। ਸ਼੍ਰੀਨਗਰ ਦੇ ਵਿੱਚ ਅੱਜ ਭਾਰਤੀ ਫੌਜ ਦੇ ਜਵਾਨਾਂ ਨੂੰ ਅੱਤਵਾਦੀਆਂ ਦੇ ਨਾਲ ਮੁਕਾਬਲਾ ਕਰਨ ਦੇ ਮੌਕੇ ਵੱਡੀ ਸਫਲਤਾ ਹਾਸਲ ਹੋਈ ਹੈ। ਦਰਅਸਲ ਸੋਪੋਰ ਖੇਤਰ ਦੇ ਵਿੱਚ ਫੌਜੀ ਜਵਾਨਾਂ ਵੱਲੋਂ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ ਗਿਆ ਅਤੇ ਬੜਗਾਮ ਖੇਤਰ ਦੇ ਵਿੱਚ ਜਦੋਂ ਫੌਜ ਦੇ ਜਵਾਨਾਂ ਵੱਲੋਂ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਗਿਆ ਤਾਂ 4 ਅੱਤਵਾਦੀਆਂ ਨੂੰ ਢੇਰ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੇਸ਼ੱਕ ਪਛੜ ਕੇ ਸਹੀ ਪਰ ਅੱਜ ਸੱਚੀ ਗੱਲ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਦੇ ਉੱਤੇ ਇਸ ਗੱਲ ਨੂੰ ਕਬੂਲ ਕਰਦਾ ਹਾਂ ਕਿ GST ਅਤੇ ਨੋਟਬੰਦੀ ਦੇ ਕਰਕੇ ਲੰਮੇ ਸਮੇਂ ਵਾਸਤੇ ਦੇਸ਼ ਵਾਸੀਆਂ ਨੂੰ ਮੁੱਲ ਤਾਰਨਾ ਪਵੇਗਾ, ਪਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨੋਟਬੰਦੀ ਅਤੇ GST ਦੇ ਦੂਰ ਰਸੀ ਸਿੱਟੇ ਚੰਗੇ ਹੀ ਹੋਣਗੇ। ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਹਮੇਸ਼ਾ ਭਾਜਪਾ ਦੀ ਸਰਕਾਰ ਨੂੰ ਸ਼ਬਦਿਕ ਤੌਰ ਦੇ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਅਸੀਂ ਕਿਉਂਕਿ ਜਨ ਹਿੱਤ ਦੇ ਵਿੱਚ ਹਰ ਕੋਈ ਫੈਸਲਾ ਲੈਂਦੇ ਹਾਂ, ਇਸ ਕਰਕੇ ਸਾਨੂੰ ਵਿਰੋਧੀਆਂ ਦੇ ਵਿਰੋਧ ਦੀ ਕਿਸੇ ਕਿਸਮ ਦੀ ਕੋਈ ਪਰਵਾਹ ਨਹੀਂ। ਉਹਨਾਂ ਨੇ ਕਿਹਾ ਕਿ GST ਅਤੇ ਨੋਟਬੰਦੀ ਦੇਸ਼ ਹਿੱਤ ਦੇ ਵਿੱਚ ਲਏ ਗਏ ਅਹਿਮ ਫੈਸਲੇ ਹਨ। ਇਹ ਸੀ ਦੋਸਤੋ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਅਤੇ ਨਵੀਆਂ ਨਕੋਰ ਖਬਰਾਂ ਲੈ ਕੇ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਆਗਿਆ ਦਿਓ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।